ਮੇਰੇ ਕੋਲ ਵੀ ਮੁੱਦਾ ਹੈਗਾ, ਮੈਨੂੰ ਉਹ ਬੜਾ ਲੱਗਦਾ ਵੀ ਬਹੁਤ ਧੱਕਾ ਹੋਇਆ। ਜਿਹੜੇ ਮੁਲਾਜ਼ਮ ਸੀ ਡਿਊਟੀ ਦੇ, ਉਹਨਾਂ ਲਈ ਇੱਕ ਹਾਊਸਿੰਗ ਸਕੀਮ ਕੱਢੀ 2008 'ਚ ਕੱਢੀ, ਅਤੇ ਅਲੋਟਮੈਂਟਾਂ ਵੀ ਕਰਤੀਆਂ। ਜਿਹੜੇ ਇਨੀਸ਼ੀਅਲ ਪੇਮੈਂਟ ਸੀ ਕਿੰਨੀ, ਮੇਰਾ ਹਾਂ ਜੀ, 55 ਲੱਖ ਕਿੰਨੀ, ਉਹ ਵੀ ਉਹ ਜਮ੍ਹਾਂ ਵੀ ਕਰਾ ਜਮ੍ਹਾਂ ਦਿੱਤਾ। ਕਰਾਤੀ, ਔਰ ਅੱਜ ਤੱਕ ਉਹਨਾਂ ਨੂੰ ਫਲੈਟ ਨਹੀਂ ਦਿੱਤੇ, ਦੂਰੀ ਨੀਤੀ। ਦੂਸਰੇ ਪਾਸੇ ਜਿਹੜੀਆਂ ਕਲੋਨੀਆਂ ਸੀ, ਹਾਂ 5 ਨੰਬਰ ਕਲੋਨੀ, 4 ਨੰਬਰ, ਕਿੰਨੀਆਂ ਕਲੋਨੀਆਂ ਸੀ, ਅਰਬਾਂ ਰੁਪਏ ਦੀ ਜ਼ਮੀਨ ਜਿਨ੍ਹਾਂ ਨੇ ਇੰਕਰੋਚ ਕੀਤੀ ਸੀ ਪ੍ਰਵਾਸੀ ਮਜ਼ਦੂਰ, ਚਲੋ ਚੰਗੀ ਗੱਲ ਕਹਾਂਗੇ ਕੀਤੀ, ਉਹਨਾਂ ਦੇ ਮੁੜ ਵਸੇਬੇ ਲਈ ਲਾਲ ਡੋਰੇ ਤੋਂ ਬਾਹਰ ਬਕਾਇਦਾ ਛੋੜ ਦੇ ਕੇ ਜ਼ਮੀਨ ਅਕਵਾਇਰ ਕਰਕੇ ਅਤੇ 25,000 ਫਲੈਟ ਬਣਾਏ ਉੱਥੇ, ਤਾਂ ਮੁੜ ਵਸੇਬਾ ਕਰਤਾ। ਜਿਨ੍ਹਾਂ ਨੇ ਪੈਸੇ ਦੇਣੇ ਸੀ, ਪੈਸੇ ਦੇ ਕੇ ਸਾਰੀ ਉਮਰ ਉਹਨਾਂ ਨੇ ਇੱਥੇ ਮੁਲਾਜ਼ਮ ਰਹੇ, ਉਹਨਾਂ ਦਾ ਅੱਜ ਤੱਕ ਨਿਬੇੜਾ ਨਹੀਂ ਹੋਇਆ। ਵਿਚਾਰੇ ਹਾਈ ਕੋਰਟ 'ਚ ਤੁਰੇ ਫਿਰਦੇ ਨੇ। ਔਰ ਹਿਸਾਬ ਲਾ ਲਓ, 2008 ਅਤੇ 24, 16 ਸਾਲ ਤੋਂ ਰਗੜਾ ਖਾ ਰਹੇ ਆ। 25% ਬੰਦੇ ਮਰ ਵੀ ਗਏ ਨੇ ਉਹਨਾਂ 'ਚ, ਓਕੇ ਜਿਹੜੇ ਜੀ, ਜਿਨ੍ਹਾਂ ਦੇ ਲਿਸਟ ਵਿੱਚ ਨਾ ਹੋ, 20-25% ਬੰਦੇ ਮਰ ਵੀ ਉਹ ਚੁੱਕੇ ਨੇ। ਮੇਰਾ 4,000 ਦੇ ਕਰੀਬ ਸੀ, ਹਾਂ 39 ਸੌ ਕੁਛ ਦੇਖੋ, ਸੀ। ਜਿਨ੍ਹਾਂ ਲੋਕਾਂ ਨੇ ਸ਼ਹਿਰ ਵਾਸਤੇ ਕੰਮ ਕੀਤਾ, ਪੁਰਾਣੇ ਇੰਪਲੋਈ ਸੀ, ਮੈਂ ਤਾਂ ਅੱਜ ਵੀ ਕਹਾਂਗਾ ਉਹਨਾਂ ਨੂੰ ਮਕਾਨ ਦੇਣਾ ਚਾਹੀਦਾ। ਸਰਕਾਰ ਕਿਹੜੇ ਕੰਮ ਲੱਗੀ ਹੈ? ਇੱਕ ਯੂਪੀ ਬਿਹਾਰ ਤੋਂ ਬੰਦਾ ਆ ਰਿਹਾ, ਉਹਨੂੰ ਵਾਸਤੇ ਅਲੋਟ ਕਰ ਰਹੀ ਹੈ, ਤੁਸੀਂ ਇਹਨਾਂ ਵਾਸਤੇ ਵੀ ਅਲੋਟ ਕਰੋ। ਮੈਂ ਚਾਹਾਂਗਾ ਉਹਨੂੰ ਰਿਜ਼ਰਵ ਪ੍ਰਾਈਸ ਤੇ ਦੇਣੀ ਚਾਹੀਦੀ ਹੈ, ਬਿਲਕੁਲ ਠੀਕ ਹੈ। ਜਿਹੜਾ ਇੱਕ ਰਿਜ਼ਰਵ, ਠੀਕ ਹੈ ਅੱਜ ਪ੍ਰਾਈਸ ਵੱਧ ਗਈ ਹੈ, ਅੱਜ ਵੀ ਕੋਈ ਰਿਜ਼ਰਵ ਪ੍ਰਾਈਸ ਹੋ ਸਕਦੀ ਹੈ। ਜਿਹੜੇ ਬੰਦਿਆਂ ਨੇ 2008 'ਚ ਪੈਸੇ ਜਮ੍ਹਾਂ ਕਰਾ, ਇਹ ਤਾਂ ਨਹੀਂ ਹੈ ਮੈਂ 2008 'ਚ 8,000 ਰੁਪਏ ਤੋਲਾ ਸੋਨਾ ਲਿਆ, ਮੇਰਾ ਤਾਂ ਸੋਨਾ ਹੀ ਸੀ, ਅੱਜ ਮੇਰੇ ਕਰਕੇ ਅੱਜ ਜਿਹੜਾ ਸੋਨੇ ਦਾ ਰੇਟ ਹੈ 70,000 ਰੁਪਏ ਹੈ, ਤੇ ਅੱਜ ਮੈਨੂੰ 70,000 ਦੀ ਵੈਲਿਊ ਮਿਲਣੀ ਚਾਹੀਦੀ ਹੈ ਨਾ। ਬਿਲਕੁਲ, ਤੇ ਨਾਲੇ ਜਿਹੜੇ 2008 ਤੋਂ 24 ਆ ਗਈ ਹੈ, ਹਾਂ, ਉਹ ਮੁਲਾਜ਼ਮ ਕਸੂਰਵਾਰ ਥੋੜੇ ਨੇ, ਉਹ ਤੇ ਪ੍ਰਸ਼ਾਸਨ ਜ਼ਿੰਮੇਵਾਰ ਇਹ ਹੈ। ਪ੍ਰਸ਼ਾਸਨ ਦੀ ਮਿਲੀ ਭਗਤ ਹੈ, ਸੈਂਟਰ ਗਵਰਨਮੈਂਟ ਨਾਲ ਮਿਲੀ ਭਗਤ ਹੈ। ਅੱਜ ਪਿਛਲੇ 10 ਸਾਲ ਤੋਂ ਬੀਜੇਪੀ ਸਰਕਾਰ ਹੈ, ਇਹਨਾਂ ਨੇ ਕੋਈ ਕੰਮ ਨਹੀਂ ਕੀਤਾ, ਇਹ ਲੋਕਾਂ ਨੂੰ ਸਿਰਫ ਪਾਗਲ ਬਣਾਇਆ ਜਾ ਰਿਹਾ ਹੈ ਕਿ ਅਸੀਂ ਸੈਂਟਰ ਗਵਰਨਮੈਂਟ ਕੋਲ ਜਾ ਰਹੇ ਹਾਂ, ਹੋਮ ਮਿਨਿਸਟਰੀ ਕੋਲ ਤੁਹਾਡਾ ਭੇਜਤਾ, ਕੁਛ ਨਹੀਂ ਹੈ। ਹੋਮ ਮਿਨਿਸਟਰੀ ਦੇ ਵਿੱਚ ਇੱਕ ਲਾਈਕ ਆਪਾਂ ਕਹਿ ਸਕਦੇ ਹਾਂ, ਜਿਵੇਂ ਇੱਥੇ ਆਪਣਾ ਹੁੰਦਾ ਨਾ ਲਾਈਕ ਜੁਆਇੰਟ ਸੈਕਟਰੀ ਕੋਈ, ਉਹ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਚਲਾਉਂਦਾ। ਪਰ ਇਹ ਤਾਂ ਦੋਵਾਂ ਸਰਕਾਰਾਂ 'ਚ ਹੋ ਗਿਆ ਨਾ, ਬਿਲਕੁਲ ਕਾਂਗਰਸ ਦੇ ਅਲਾਟ ਹੋਇਆ, ਬਿਲਕੁਲ ਹੋ ਗਿਆ, ਉਦੋਂ ਨਹੀਂ ਮਿਲਿਆ ਤੇ ਹੁਣ ਆ ਗਈ ਬੀਜੇਪੀ ਦੀ। ਉੱਥੇ ਮੈਂ ਕਹਿ ਰਿਹਾ ਸਾਡੀ ਫਾਈਲ ਚੱਕ ਕੇ ਸਾਈਡ ਤੇ ਸੁੱਟ ਦਿੰਦੀ ਹੈ, ਇੱਕ ਜੁਆਇੰਟ ਕਮਿਸ਼ਨਰ ਜਿਹੜਾ ਆ, ਜੁਆਇੰਟ ਸੈਕਟਰੀ ਕੋ ਵੀ ਥਲੜਾ ਕਲਰਕ ਟਾਈਪ ਬੰਦਾ, ਉਹ ਆਪਣੇ ਸ਼ਹਿਰ ਨੂੰ ਚਲਾਉਂਦਾ ਹੈ। ਫਿਰ ਸੰਸਦ ਮੈਂਬਰ ਦੀ ਲੋੜ ਕੀ ਹੈ? ਕੋਈ ਮੈਂ ਕਹਿੰਦਾ ਜੀ ਬੁਰਾ ਹਾਲ ਹੈ, ਸਾਡੀ ਫਾਈਲ ਇੱਕ ਐਜ਼ ਸਿੰਗਲ MP ਦੇਖ ਕੇ ਕਹਿੰਦੇ ਚੰਡੀਗੜ੍ਹ ਦਾ ਨੂੰ ਸਾਈਡ ਤੇ ਸੁੱਟ ਦੇ, ਜਿਹਦੇ 50 MP ਉਹਨਾਂ ਦਾ ਕੰਮ ਕਰ ਦੋ, ਸਾਡੀ ਤਾਂ ਫਾਈਲ ਸਾਲ ਸਾਲ ਚੱਕਦਾ ਹੀ ਨਹੀਂ ਉੱਥੋਂ। ਮਤਲਬ ਇੱਕ ਛੋਟਾ ਜਿਹਾ ਬੰਦਾ ਸਾਡੇ ਸ਼ਹਿਰ ਨੂੰ ਚਲਾ ਰਿਹਾ,